ਜਿਹੜੇ ਅਕਸਰ ਪੁੱਛਦੇ ਹੁੰਦੇ ਨੇਗੇ, ਮੇਰਾ ਸਵਾਲ ਉਹਨਾਂ ਦੇ ਲਈ ਹੈ ਜਿਹੜੇ ਪੁੱਛਦੇ ਹੁੰਦੇ ਨੇ ਤੁਹਾਡੀ ਕਾਸਟ ਕੀ ਆ। ਵੀ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਮੇਰੀ ਕਾਸਟ ਛੋਟੀ ਹੋਈ ਤਾਂ ਤੁਸੀਂ ਮੇਰੇ ਨਾਲ ਕੀ ਸਲੂਕ ਕਰੋਗੇ, ਅਤੇ ਜੇ ਮੇਰੀ ਜਾਤ ਵੱਡੀ ਹੋਈ ਤਾਂ ਤੁਸੀਂ ਮੇਰੇ ਨਾਲ ਕੀ ਸਲੂਕ ਕਰੋਗੇ। ਮੇਰਾ ਨਾਮ ਸੁਖਦੀਪ ਕੌਰ ਆ। ਤੁਸੀਂ ਉਹ ਹਿਸਾਬ ਨਾਲ ਮੈਨੂੰ ਜਿਵੇਂ ਤੁਸੀਂ ਜਾਣਦੇ ਹੋ ਉਹਦੇ ਹਿਸਾਬ ਨਾਲ ਮੇਰੇ ਨਾਲ ਸਲੂਕ ਕਰੋ। ਇਹ ਨਹੀਂ ਹੈਗਾ ਵੀ ਜੇ ਮੇਰੀ ਜਾਤ ਵੱਡੀ ਹੋਈ ਕਿ ਤੁਸੀਂ ਮੈਨੂੰ ਜ਼ਿਆਦਾ ਪਿਆਰ ਕਰੋਗੇ, ਜੇ ਮੇਰੀ ਜਾਤ ਛੋਟੀ ਹੋਈ ਕਿ ਤੁਸੀਂ ਮੈਨੂੰ ਘੱਟ ਪਿਆਰ ਕਰੋਗੇ। ਕਾਸਟ ਵਗੈਰਾ, ਜਾਤ ਵਗੈਰਾ ਜੋ ਵੀ ਆ ਉਹਨੂੰ ਮੈਂ ਜ਼ਿਆਦਾਤਰ ਮੰਨਦੀ ਨਹੀਂ ਹੈਗੀ। ਅਤੇ ਕਈ ਅਕਸਰ ਮੈਨੇ ਦੇਖਿਆ ਇਹ ਵੀ ਚਲੋ ਮੰਨਿਆ ਵੀ ਜਾਤ ਵੱਡੀ ਆ ਕਿਵੇਂ ਵੀ ਆ ਠੀਕ ਆ, ਅਤੇ ਉਹ ਜ਼ਿਆਦਾਤਰ ਪਤਾ ਕੀ ਕਰਨਗੇ, ਐਵੇਂ ਸੋਚਣਗੇ ਵੀ ਕੋਈ ਜੇ ਛੋਟੀ ਜਾਤ ਵਾਲਾ ਏ ਵੀ ਅਸੀਂ ਉਹਦੇ ਹੱਥ ਦਾ ਲੈ ਕੇ ਖਾਣਾ ਨਹੀਂ ਹੈਗਾ, ਵੀ ਸਾਡੀ ਜਾਤ ਵੱਡੀ ਆ ਵੀ ਉਹਦੇ ਨਾਲ ਜੇ ਤੁਸੀਂ ਉਹਦੇ ਹੱਥ ਦਾ ਲਿਆ ਹੋਇਆ ਤੁਸੀਂ ਖਾ ਲਉਂਗੇ ਤਾਂ ਤੁਹਾਡੀ ਜਾਤ ਛੋਟੀ ਥੋੜ੍ਹੋ ਹੋ ਜੂਗੀ, ਹੈ ਨਾ। ਇਹ ਗੱਲ ਤਾਂ ਹੈਗੀ ਆ ਵੀ ਦੇਖੋ ਜਦੋਂ ਤੁਸੀਂ ਖਾਣ ਪੀਣ ਵਾਲੀਆਂ ਚੀਜ਼ਾਂ ਨੇਗੀਆਂ ਜਿਵੇਂ ਤੁਸੀਂ ਫਾਸਟ ਫੂਡ ਵਗੈਰਾ ਏ ਜਾਂ ਜਿਹੜੇ ਦੁਕਾਨ ਤੋਂ ਤੁਸੀਂ ਕੁਛ ਵੀ ਲੈ ਕੇ ਆਉਂਦੇ ਹੋ, ਕੋਈ ਵੀ ਸੌਦਾ ਲੈ ਕੇ ਆਉਂਦੇ ਹੋ, ਭੁਜੀਆ ਲੈ ਕੇ ਆਉਂਦੇ ਹੋ, ਬਿਸਕੁਟ ਲੈ ਕੇ ਆਉਂਦੇ ਹੋ, ਤੁਹਾਨੂੰ ਪਤਾ ਹੁੰਦਾ ਹੈ ਵੀ ਉਹ ਕਿਹੜੇ ਹੱਥਾਂ ਨਾਲ ਬਣੇ ਹੋਏ ਨੇਗੇ, ਪਤਾ ਹੁੰਦਾ। ਉਹ ਤਾਂ ਤੁਸੀਂ ਬੜੇ ਉਹਦੇ ਨਾਲ ਆਨੰਦ ਨਾਲ ਖਾਂਦੇ ਹੋ। ਇਹ ਫਰਕ ਕੀ ਹੋਇਆ, ਇਹ ਮੈਨੂੰ ਸਮਝ ਨਹੀਂ ਆ ਰਿਹਾ ਵੀ ਇਹ ਦਿਮਾਗ ਦੇ ਵਿੱਚ ਕੀੜਾ ਤਾਂ ਕੀੜਾ ਕਿਹੜਾ ਬੜਿਆ ਹੋਇਆ ਹੈ। ਜੇ ਤੁਸੀਂ ਐਨੀਓ ਸੁੱਚਮ ਮੰਨਦੇ ਹੋ ਵੀ ਦੱਸੋ ਸੁੱਚੀ ਤਾਂ ਕਿਹੜੀ ਚੀਜ਼ ਸੁੱਚੀ ਆ। ਜੇਕਰ ਤੁਸੀਂ ਪਾਣੀ ਪੀਂਦੇ ਹੋ ਤਾਂ ਉਹ ਮੱਛੀ ਦਾ ਪੀਤਾ ਹੁੰਦਾ ਹੈ, ਜੇ ਤੁਸੀਂ ਦੁੱਧ ਪੀਂਦੇ ਹੋ ਤਾਂ ਉਹ ਬੱਚੇ ਨੇ ਜੂਠਾ ਕੀਤਾ ਹੁੰਦਾ ਹੈ, ਜੇਕਰ ਤੁਸੀਂ ਕੋਈ ਵੀ ਸਬਜ਼ੀ ਫਲ ਵਗੈਰਾ ਕੁਛ ਵੀ ਖਾਂਦੇ ਹੋ ਤਾਂ ਉਹ ਮਿੱਟੀ ਤੋਂ ਪੈਦਾ ਹੁੰਦਾ ਹੈ, ਮਿੱਟੀ ਦੇ ਵਿੱਚ ਕਿੰਨੇ ਜੀਵ ਜੰਤੂ ਹੁੰਦੇ ਨੇਗੇ। ਵੀ ਤੁਸੀਂ ਫਿਰ ਵੱਡੀ ਜਾਤ ਛੋਟੀ ਜਾਤ ਇਹ ਪੁੱਛਣ ਦਾ ਮਤਲਬ ਕੀ ਹੁੰਦਾ ਹੈ।